नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को फॉलो करें। ਸੋ ਜੀ, ਮੈਂ ਓਫੀਸ਼ਲ ਤੌਰ 'ਤੇ ਕੱਲ੍ਹ ਚਾਰਜ ਲਿਆ ਸੀ ਔਰ ਪਹਿਲੇ ਦਿਨ ਤੋਂ ਹੀ ਮੈਂ ਪਿੰਡਾਂ ਦੇ ਦੌਰੇ ਸ਼ੁਰੂ ਕਰਤੇ ਸੀ ਆਪਣੇ। ਕੱਲ੍ਹ ਮੈਂ ਸੁਖਨਾ ਸੀਗਾ, ਸੁਖਾਨੀ ਸੀਗਾ, ਉਸ ਤੋਂ ਬਾਅਦ ਮੈਨੂੰ ਚੰਡੀਗੜ੍ਹ ਕਿਸੇ ਮੀਟਿੰਗ 'ਚ ਜਾਣਾ ਪੈ ਗਿਆ ਅਤੇ ਅੱਜ ਵੀ ਹੁਣ ਮੈਂ ਪਿੰਡਾਂ 'ਚੋਂ ਹੀ ਆਇਆ ਵਾਂ ਔਰ ਮੈਂ ਪਿੰਡਾਂ ਦੇ ਲੋਕਾਂ ਦੀ ਰਾਏ ਲੈ ਰਿਹਾ ਵਾਂ, ਸ਼ਹਿਰਾਂ ਦੇ ਲੋਕਾਂ ਦੀ ਰਾਏ ਲੈ ਰਿਹਾ ਵਾਂ ਅਤੇ ਜਿੱਥੇ ਜਿੱਥੇ ਜੋ ਵੀ ਕਮੀਆਂ ਵਾ, ਪਹਿਲਾਂ ਤਾਂ ਉਹ ਕਮੀਆਂ ਸਾਰੀਆਂ ਨੋਟ ਡਾਊਨ ਹੋ ਰਹੀਆਂ, ਕਿੱਥੇ ਕਿਹੜੀ ਚੀਜ਼ ਦੀ ਕਮੀ ਹੈ, ਕਿੱਥੇ ਕਿਹੜੀ ਚੀਜ਼ ਦੀ, ਜੋ ਤੁਸੀਂ ਕਿਹਾ ਨਸ਼ਿਆਂ ਦਾ ਜਾਂ ਗੁੰਡਾਗਰਦੀ ਜਾਂ ਜਿਹੜੀ ਚੀਜ਼ ਆ, ਪਹਿਲਾਂ ਤਾਂ ਉਹਦਾ ਇੱਕ ਮਾਸਟਰ ਪਲੈਨ ਬਣ ਰਿਹਾ ਵਾਈਟ ਪੇਪਰ 'ਤੇ, ਉਹਦਾ ਸਾਰਾ ਜੱਜ ਹੋ ਰਿਹਾ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹਦੀ ਰੂਪ ਰੇਖਾ ਬਣਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਉਹਨੂੰ ਕਿਸ ਤਰੀਕੇ ਨਾਲ ਕੀਤਾ ਜਾਣਾ, ਔਰ ਮੈਂ ਇੱਕ ਦੋ ਦਿਨ 'ਚ ਉਹਦੀ ਰੂਪ ਰੇਖਾ ਪੂਰੀ ਤਿਆਰ ਕਰ ਲਵਾਂਗਾ। ਉਸ ਤੋਂ ਬਾਅਦ ਜਿਹੜੀ ਰਹੀ ਕਪੂਰਥਲੇ ਦੇ ਵਿਕਾਸ ਦੀ ਗੱਲ, ਦੇਖੋ ਪਿਛਲੇ ਤਕਰੀਬਨ 1997 ਤੋਂ ਮੈਂ ਕਪੂਰਥਲੇ ਦੀ ਪੋਲੀਟੀਕੁਲਰ ਗੱਲ ਕਰ ਰਿਹਾ। ਜੋ ਪਾਰਟੀਆਂ ਕਾਂਗਰਸ ਰਹੀ ਹੈ ਜਾਂ ਅਕਾਲੀ ਦਲ ਰਿਹਾ, ਭਾਜਪਾ ਰਹੀ, ਉਹਨਾਂ ਨੇ ਕਪੂਰਥਲੇ ਨੂੰ ਆਪਣਾ ਸਮਝਿਆ ਹੀ ਨਹੀਂ। ਕਪੂਰਥਲਾ ਇੱਦਾਂ ਉਹਨਾਂ ਨੇ ਰੱਖਿਆ ਜਿੱਦਾਂ ਪੰਜਾਬ ਦੇ ਨਕਸ਼ੇ ਤੋਂ ਬਾਹਰ, ਇਸੇ ਲਈ ਕਪੂਰਥਲੇ ਨੂੰ ਅਵੇਸਲਾ ਕਰਦੇ ਹੋਏ ਇੱਥੇ ਕਪੂਰਥਲੇ ਦਾ ਲੋਕਲ ਬੰਦਾ ਕੋਈ ਦਿੱਤਾ ਹੀ ਨਹੀਂ। ਆਮ ਆਦਮੀ ਪਾਰਟੀ ਦੇ ਕਾਂਗਰਸ ਫਿਰ ਤੁਹਾਡਾ ਕੀ ਸਟੈਂਡ ਹੈਗਾ? ਕਿੱਥੇ ਜੀ ਇਹ ਰਲ ਕੇ ਲੜਨਗੇ? ਨਹੀਂ ਜੀ, ਅਸੀਂ ਪੰਜਾਬ ਨਹੀਂ ਰਲ ਕੇ ਲੜ ਰਹੇ, ਪੰਜਾਬ ਨਹੀਂ ਜੀ ਰਲ ਕੇ ਲੜ ਰਹੇ, ਨਹੀਂ ਲੜੂਗਾ ਜੀ, ਨਹੀਂ। ਸਰ, ਜਿਹੜੀ ਕਿ ਨਗਰ ਨਿਗਮ ਭੰਗ ਕਰਨ ਦੀ ਮੰਗ ਕੀਤੀ ਜਾਊਗੀ ਪਾਰਟੀ ਵੱਲੋਂ ਹੁਣ? ਹਾਂਜੀ, ਐਮਪੀ ਟੈਕਟ ਤੇ ਹੈਗੇ ਤਾਂ ਦੇਖੋ ਜੀ, ਮੈਂ ਪਾਰਟੀ ਦਾ ਸੱਚਾ ਸਿਪਾਹੀ ਆ, ਉਹ ਕੋਈ ਜ਼ਿੰਮੇਵਾਰੀ ਦਊਗੀ ਪਾਰਟੀ ਤੇ, ਮੈਂ ਉਸ ਤੋਂ ਪਿੱਛੇ ਨਹੀਂ ਹਟਦਾ। ਮੈਂ ਕਿ ਨਗਰ ਨਿਗਮ ਭੰਗ ਕਰਨ ਦੀ ਸਿਫਾਰਿਸ਼ ਕੀਤੀ ਜਾਊਗੀ ਪਾਰਟੀ ਹਾਈ ਕਮਾਂਡ ਨੂੰ? ਹਾਈ ਕਮਾਂਡ ਕਰੇਗਾ। ਦੇਖੋ, ਇਹਦੇ ਲਈ ਜੋ ਪ੍ਰੋਸੀਜਰ, ਜੋ ਕਾਨੂੰਨ ਦੇ ਤਹਿਤ ਜੋ ਵਰਕਿੰਗ ਕਰਨੀ ਚਾਹੀਦੀ, ਕਿਉਂਕਿ ਅਸੀਂ ਆਮ ਆਦਮੀ ਪਾਰਟੀ ਕਿਸੇ 'ਤੇ ਕੋਈ ਚੀਜ਼ ਥੋਪਦੀ ਨਹੀਂ ਹੈ, ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਕਰਦੀ, ਅਸੀਂ ਇਹਦਾ ਜੋ ਪ੍ਰੋਸੀਜਰ ਬਣਦਾ, ਜੇ ਕਿਸੇ ਕੋਈ ਗਲਤ ਹੈਗਾ ਵਾ, ਦੇਖੋ ਈਵਨ ਆਪਣੀ ਮੈਂ ਗਲਤ ਹੋਊਂਗਾ ਜਾਂ ਸਾਡਾ ਚੇਅਰਮੈਨ ਕੋਈ ਗਲਤ ਹੋਊਗਾ ਤਾਂ ਪਾਰਟੀ ਉਹਨੂੰ ਵੀ ਨਹੀਂ ਬਖਸ਼ਦੀ। ਤੁਸੀਂ ਪਾਰਟੀ ਦਾ ਦੇਖ ਹੀ ਲਿਆ ਗਏ, ਅਤੇ ਮਿਨਿਸਟਰਸ ਵੀ ਕਈ ਸੀਗੇ, MLA ਵੀ ਕਈ ਸੀਗੇ। ਹਾਂ, ਕਪੂਰਥਲੇ 'ਚ ਆਪਣਾ ਪ੍ਰੋਸੀਜਰ ਸਹੀ ਕਰ ਲੈਣ, ਉਹ ਜੋ ਮੇਰੇ ਘਰ ਆਉਣਾ ਚਾਹੁੰਦੇ, ਆਮ ਆਦਮੀ ਪਾਰਟੀ 'ਚ ਆਉਣਾ ਚਾਹੁੰਦੇ, ਤਾਂ ਦੀ ਵੀ ਵੈਲਕਮ, ਸਾਡੇ ਸਟੇਜ ਤੋਂ ਹੀ ਉਹਨਾਂ ਨੂੰ ਵੈਲਕਮ ਕਰਦਾ, ਸਾਡੀ ਪਾਰਟੀ ਵਰਗੇ ਬਣ ਜਾਣ ਵੈਲਕਮ। ਅੱਜ ਕਪੂਰ ਸਾਹਿਬ, ਆਖਰੀ ਸਵਾਲ ਆ, ਦੁਆਬੇ 'ਚੋਂ ਵੀ ਬਹੁਤ ਸਾਰੇ ਕਿਸਾਨ ਕਿਸਾਨੀ ਅੰਦੋਲਨ 'ਚ ਗਏ ਆ, ਉਹ ਵੀ ਕਪੂਰਥਲਾ, ਆਪਾਂ ਪਹਿਲਾਂ ਉਸ 'ਤੇ ਗੱਲ ਕਰ ਲਈਏ, ਉਹ ਵੀ ਕਪੂਰਥਲੇ ਦੇ ਵਸਨੀਕ ਆ ਜਿਹੜੇ ਇੱਥੋਂ ਦੇ MCs ਹੈਗੇ ਆ, ਠੀਕ ਆ, ਉਹਨਾਂ ਨੇ ਇਲੈਕਸ਼ਨ ਦੂਜੇ ਤੋਂ ਲੜੀ ਹੈ, ਪਰ ਉਹ ਜੇ ਸੱਚੇ ਦਿਲੋਂ ਕਪੂਰਥਲੇ ਦੇ ਹੈਗੇ ਆ, ਸੱਚੇ ਦਿਲੋਂ ਕਪੂਰਥਲੇ ਦਾ ਵਿਕਾਸ ਕਰਦੇ ਆ, ਅਤੇ ਗਲਤ ਬੰਦੇ ਦਾ ਸਾਥ ਛੱਡ ਦੇਣ, ਮੈਂ ਉਹਨਾਂ ਨੂੰ ਵੈਲਕਮ ਕਰੂੰਗਾ, ਬੈਠਣ ਮੇਰੀ ਚੇਅਰ 'ਤੇ ਬੈਠਣ, ਇੱਥੇ ਨਾਲ ਬੈਠਣ, ਹਾਰਟਲੀ ਵੈਲਕਮ ਕਰਦਾ ਸਾਰਿਆਂ ਦਾ, ਖੁੱਲ੍ਹੇ ਦਿਲ ਨਾਲ ਪ੍ਰੈਸ ਥਰੂ ਵੈਲਕਮ ਕਰਦਾ ਸਾਰੇ MCs ਜਿਹੜੇ ਓਪੋਜੀਸ਼ਨ ਦੇ ਹੈਗੇ, ਖੁੱਲ੍ਹੇ ਦਿਲ ਨਾਲ ਉਹਨਾਂ ਦਾ ਵੈਲਕਮ ਕਰ ਰਿਹਾ। ਆਹ ਬਿਲਕੁਲ ਆ, ਕਰਨ ਕਪੂਰਥਲੇ ਮੈਂ ਉਹਨਾਂ ਦੇ ਪਿੱਛੇ ਲੱਗੂੰਗਾ।
ਸਾਡੇ ਵੱਲੋਂ ਵੈਲਕਮ। ਮੈਂ ਕਹਿੰਦਾ ਉਹ ਕਪੂਰਥਲੇ ਡਿਵੈਲਪਮੈਂਟ ਕਰਨ, ਵਿਕਾਸ ਕਰਨ, ਮੈਂ ਉਹਨਾਂ ਦੇ ਪਿੱਛੇ ਲੱਗੂੰਗਾ, ਮੇਰੀ ਟੀਮ ਪਿੱਛੇ ਪਿੱਛੇ ਚੱਲੂਗੀ, ਸਾਰੀ ਟੀਮ ਚੱਲੂਗੀ। ਹਾਰਟਲੀ ਵੈਲਕਮ ਆ ਜੀ ਉਹਨਾਂ ਦਾ। ਪਰ ਗਲਤ ਬੰਦੇ ਦਾ ਸਾਥ ਛੱਡਣਾ ਚਾਹੀਦਾ, ਜੋ ਕਪੂਰਥਲੇ ਦੇ ਅੱਛੇ ਵਸਨੀਕ ਆ ਉਹ ਗਲਤ ਬੰਦੇ ਦਾ ਸਾਥ ਛੱਡਣ। ਮੇਰੇ ਸੰਪਰਕ 'ਚ ਸਾਰੇ ਹੀ ਆ ਜੀ, ਸਾਰਾ ਪਰਿਵਾਰ ਮੇਰਾ ਕਪੂਰਥਲਾ, ਸਾਰੇ ਇੱਥੋਂ ਦੀ ਜਨਤਾ। ਮੈਂ ਤੁਹਾਨੂੰ ਕਹਿ ਰਿਹਾ ਜੀ, ਮੇਰੇ ਹਾਰਟਲੀ ਵੈਲਕਮ ਕਰ ਰਹੇ। ਕਾਂਗਰਸੀ ਸਾਰੇ ਆ ਜਾਣੇ ਇੱਧਰ, ਫੇਰ ਗਵਰਨਮੈਂਟ ਸ਼ੁਰੂ ਹੋ ਜੂ ਸ਼ਹਿਰ ਦੀ। ਹਾਂਜੀ ਗਵਰਨਮੈਂਟ ਸ਼ੁਰੂ ਹੋ ਜੂਗੀ, ਪ੍ਰੈਸ ਜ਼ੋਰ ਲਾ ਦਿੰਦੇ ਆ ਇੱਕ ਵਾਰ। ਦੇਖੋ ਉਹਨਾਂ ਦਾ ਵੀ ਫਰਜ਼ ਆ, ਫੇਰ ਚਲਾ ਦੇਵਾਂਗੇ ਤੁਸੀਂ ਡਿਵੈਲਪਮੈਂਟ ਇਸੇ ਦੀ ਕਿ ਆ ਜਾਣੇ ਇੱਧਰ। ਪਹਿਲੀ ਗੱਲ ਤਾਂ ਕੁਐਸਚਨ ਜਿਹੜਾ ਇਹ ਪੋਲਿਟਿਕਸ ਦਾ ਪ੍ਰਭਾਵਿਤ ਆ ਤੁਹਾਡਾ, ਨਾ ਤਾਂ ਕਿਸੇ ਤੋਂ ਬਿਨਾਂ। ਇੱਕ ਮਿੰਟ, ਮੈਂ ਰਣਵੀਰ ਜੀ ਜਵਾਬ ਦੇ ਰਿਹਾ। ਮੈਂ ਹਲਕਾ ਇੰਚਾਰਜ ਨਹੀਂ ਸੀ, ਕੰਮ ਨਹੀਂ ਹੋ ਰਹੇ ਸੀ। ਮੈਂ ਹਲਕਾ ਇੰਚਾਰਜ ਨਾ ਰਹੂੰਗਾ, ਕੰਮ ਨਹੀਂ ਹੋਣੇ, ਡਿਵੈਲਪਮੈਂਟ ਤਾਂ ਹੋਣੀ ਹੋਣੀ। ਮੈਂ ਉਹਨਾਂ ਦਾ ਇਖਲਾਕੀ ਫਰਜ਼ ਯਾਦ ਕਰਾ ਰਿਹਾ ਉਹਨਾਂ ਨੂੰ, ਕਿਤੇ ਨਾ ਕਿਤੇ ਉਹ ਵੀ ਕਪੂਰਥਲੇ ਦੇ ਆ, ਕਪੂਰਥਲਾ ਉਹਨਾਂ ਦਾ ਵੀ ਆ, ਕਪੂਰਥਲੇ ਉਹਨਾਂ ਦਾ ਵੀ ਘਰ ਆ। ਕੋਸ਼ਿਸ਼ ਕਰੋਗੇ ਕੋਈ ਮੰਜੂ ਰਾਣਾ ਜੀ ਸਾਡੇ ਰਿਸਪੈਕਟਡ ਹਲਕਾ ਇੰਚਾਰਜ ਰਹੇ, ਉਹਨਾਂ ਨੇ ਆਪਣੇ ਸਿਸਟਮ 'ਚ ਕੰਮ ਕੀਤਾ, ਠੀਕ ਹੈ ਨਾ। ਉਹਨਾਂ ਨੂੰ ਜੋ ਸਹੀ ਲੱਗਾ ਬਹੁਤ ਵਧੀਆ ਕੀਤਾ, ਉਹਨਾਂ ਨੇ ਆਪਣਾ ਟਾਈਮ ਪੀਰੀਅਡ ਬਿਤਾਇਆ, ਮੈਂ ਉਸ ਗੱਲ 'ਤੇ ਕੋਈ ਟਿੱਪਣੀ ਨਹੀਂ ਕਰਾਂਗਾ। ਪਰ ਨਜ਼ਰ ਘੱਟ ਆਏ ਜੀ ਕਪੂਰਥਲੇ 'ਚੋਂ। ਹਾਂਜੀ ਨਜ਼ਰ ਘੱਟ ਆਏ ਆ, ਇਹ ਤਾਂ ਨਹੀਂ ਤੁਸੀਂ ਹੁਣ ਇੱਥੇ ਦੇ ਲੱਗਦਾ ਨਹੀਂ ਕਿ ਕਿਧਰ ਨਾ ਕਿਧਰ ਲੋਕਾਂ ਨੇ, ਇੱਧਰ ਕੀ ਜਨਤਾ ਨੇ ਉਹਨਾਂ ਨੂੰ ਅਣਦੇਖਿਆ ਕਰ ਦਿੱਤਾ ਵਾ। ਫਿਰ ਤੁਸੀਂ ਮੇਰੇ ਮੂੰਹੋਂ ਨਾ ਉਹਦੇ ਘੜਾਣਾ, 25 ਸਾਲਾਂ ਤੋਂ ਕਿੰਨਾ ਕੁ ਨਜ਼ਰ ਆਇਆ, ਜੱਫੀਆਂ ਉਹਨੇ ਬਹੁਤ ਪਾਈਆਂ ਕਪੂਰਥਲੇ ਦਾ ਕੀਤਾ ਸੀਗਾ। ਫਿਰ ਉਹਦਾ ਧਿਆਨ ਲੈਂਦੇ ਜੱਫੀਆਂ ਦਾ, ਜੱਫੀਆਂ ਦਾ ਸੁਧਰਦਾ ਤੇ ਆਓ ਜੱਫੀ ਪਾਈਓ ਕਪੂਰਥਲੇ ਡਿਵੈਲਪਮੈਂਟ ਹੋ ਜਾਏ। ਮੈਂ ਇੱਕ ਇੱਕ ਜਣੇ ਸੋ ਸੋ ਪਾਉਂਦਾ, ਮੈਂ ਜੱਫੀ ਪਾਊਂਗਾ ਕਪੂਰਥਲੇ ਦੀ। ਨਹੀਂ ਮੇਰੀ ਜੱਫੀ ਨਹੀਂ ਹੋਊਗੀ, ਮੇਰੀ ਜੱਫੀ ਨਹੀਂ ਹੋਊਗੀ ਉਹ ਜਿਹੜੀ ਕਿ ਜੱਫੀ ਪਾ ਕੇ ਘਰ ਜਾ ਕੇ ਡਿਟੋਲ ਦਾ ਨਹਾਵਾਂ ਤੇ ਉਹ ਸਾਬਰ ਵਰਤਾਂ, ਉਹ ਨਹੀਂ। ਕਪੂਰ ਸਾਹਿਬ ਆਖਰੀ ਸਵਾਲ, ਉਹ ਜੱਫੀ ਨਹੀਂ ਮੈਨੂੰ ਪਾਉਣੀ ਆਉਂਦੀ। ਕਪੂਰ ਸਾਹਿਬ ਕਪੂਰਥਲੇ ਦਾ ਪਰਿਵਾਰ ਆ ਕਪੂਰਥਲਾ, ਮੇਰੀ ਜੱਫੀ ਹੋਊਗੀ, ਉਹਨਾਂ ਨੂੰ ਸੁੱਖ ਸੁਵਿਧਾਵਾਂ ਦੇਣਾ, ਡਿਵੈਲਪਮੈਂਟ ਕਰਨੀ, ਨਸ਼ੇ ਤੋਂ ਦੂਰ ਕਰਨਾ, ਰੁਜ਼ਗਾਰ ਦੇਣਾ, ਉਹ ਮੇਰੀ ਜੱਫੀ। ਕਪੂਰਥਲੇ ਦਾ ਡਿਵੈਲਪਮੈਂਟ ਹੋਊਗਾ ਕਿ ਗੱਲਾਂ 'ਚ ਸਾਰ ਦੂੰਗੇ, ਗੱਲਾਂ 'ਚ ਆਓ ਕਿ ਜ਼ਮੀਨ 'ਤੇ ਤੁਹਾਡੇ ਸਹਿਯੋਗ ਨਾਲ ਕਰਨੀ ਹੈ ਜੀ, ਬਿਲਕੁਲ ਡੈਡ ਸ਼ੋਰ ਹੋਊਗਾ ਜੇ ਪੂਰੇ ਪੰਜਾਬ ਦਾ ਹੋ ਰਿਹਾ, ਕਪੂਰਥਲਾ ਪੰਜਾਬ ਤੋਂ ਬਾਹਰ ਨਹੀਂ। ਠੀਕ ਹੈ ਜੀ, ਦੁਬਾਰਾ ਧਿਆਨ 'ਚ ਲਿਆਂਦਾ ਮੇਰੇ, ਬਹੁਤ ਅੱਛੀ ਗੱਲ ਆ। ਬਟ ਇਹਦੇ ਲਈ ਕੱਲ੍ਹ ਹੀ CM ਸਾਹਿਬ ਨੂੰ ਮੇਰਾ ਪਰਸਨਲ ਮੈਸੇਜ ਡਰੋਪ ਹੋ ਚੁੱਕਾ, ਖਾਸ ਕਰਕੇ ਨਗਰ ਨਿਗਮ ਬਾਰੇ। ਮੈਂ ਨਗਰ ਨਿਗਮ ਦੀ ਸਭ ਤੋਂ ਪਹਿਲੀ ਚਰਚਾ ਕੀਤੀ ਆ ਉਹ 'ਚ, ਜਿਹੜੀ ਕੂੜੇ ਦੀ ਸਮੱਸਿਆ ਵਾ ਆਪਣੇ ਕੋਲ ਡੰਪ ਹੈ ਨਹੀਂ, ਤੁਸੀਂ ਉਹ ਗੱਲ ਨਹੀਂ ਕੀਤੀ, ਸਭ ਤੋਂ ਪਹਿਲਾਂ ਮੈਂ ਉਹਦੀ ਸਮੱਸਿਆ ਦੀ ਗੱਲ ਕੀਤੀ ਹੈ। ਦੂਜੀਆਂ ਗੱਲਾਂ ਜਿਹੜੀਆਂ ਗਲੀਆਂ ਕੁਛ MCs ਜਿਹੜੇ ਮੌਜੂਦਾ MCs ਆ ਦੂਜੀ ਸਰਕਾਰਾਂ ਨਾਲ ਰਿਲੇਟਡ ਆ, ਉਹ ਆਪਣੇ ਚਹੇਤਿਆਂ ਦੀਆਂ ਬਣਾ ਰਹੇ ਆ, ਦੂਜੀਆਂ ਛੱਡੀਆਂ ਜਾ ਰਹੀਆਂ, ਉਹ ਵੀ ਗੱਲ ਕੀਤੀ ਮੈਂ ਸਟੇਟ ਲੈਵਲ 'ਤੇ। ਔਰ ਮੈਂ ਇਸ ਸੰਬੰਧੀ ਲੋਕਲ ਲੈਵਲ 'ਤੇ ਐਡਮਿਨਿਸਟ੍ਰੇਸ਼ਨ ਨਾਲ ਵੀ ਆਪਣੀ ਪੂਰੀ ਟੀਮ ਨੂੰ ਲੈ ਕੇ ਇੱਕ ਮੀਟਿੰਗ ਕਰ ਰਿਹਾ ਵਾਂ, ਔਰ ਮੈਨੂੰ ਨਹੀਂ ਲੱਗਦਾ ਉਸ ਮੀਟਿੰਗ ਤੋਂ ਬਾਅਦ ਇਹੋ ਜਿਹਾ ਕੁਛ ਹੋਏਗਾ, ਕਿਉਂਕਿ ਉੱਪਰੋਂ ਵੀ ਇੰਸਟਰਕਸ਼ਨਸ ਆ ਜਾਣੀਆਂ ਵਾਂ ਜਲਦੀ ਹੀ। ਦੇਖੋ ਨਾ ਤਾਂ ਅਸੀਂ ਪਾਰਸ਼ਲਟੀ ਕਰਨੀ ਹੈ ਕਿਸੇ ਦੂਜੇ ਨਾਲ ਵੀ,
ਬਿਲਕੁਲ ਪਾਰਸ਼ੈਲਿਟੀ ਇਹੀ ਕਰਨੀ ਨਹੀਂ, ਪਾਰਸ਼ੈਲਿਟੀ ਇਹੀ ਹੋਣ ਨਹੀਂ ਦੇਣੀ। ਕਿਉਂਕਿ ਕਪੂਰਥਲਾ ਜਦੋਂ CM ਸਾਹਿਬ ਨੇ ਸਹੁੰ ਚੁੱਕੀ ਸੀ, ਉਹਨਾਂ ਨੇ ਕਿਹਾ ਸੀ ਮੈਂ ਪੂਰੇ ਪੰਜਾਬ ਦਾ ਮੁੱਖ ਮੰਤਰੀ ਹਾਂ, ਪੂਰੇ ਪੰਜਾਬ ਲਈ ਸਹੁੰ ਚੁੱਕ ਰਿਹਾ ਵਾਂ, ਪੂਰਾ ਪੰਜਾਬ ਮੇਰਾ ਪਰਿਵਾਰ ਆ। ਇਸੇ ਤਰ੍ਹਾਂ ਪੂਰੇ ਕਪੂਰਥਲੇ ਦਾ ਹਰ ਵੋਟਰ ਸਪੋਰਟਰ, ਹਰ ਨਾਗਰਿਕ ਉਹ ਸਾਡਾ ਪਰਿਵਾਰ ਆ। ਉਹ ਪਹਿਲਾਂ ਕਿਸੇ ਪਾਰਟੀ ਨਾਲ ਰਿਲੇਟਡ ਰਿਹਾ ਹੋਵੇ, ਸਾਡੇ ਵੱਲੋਂ ਕੋਈ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਣੀ। ਅਸੀਂ ਪੂਰੀ ਡਿਵੈਲਪਮੈਂਟ ਕਰਨੀ ਆ ਔਰ ਹਰ ਵਾਰਡ ਦੀ ਬਿਨਾਂ ਕਿਸੇ ਪੱਖਪਾਤ ਦੇ ਕਰਨੀ ਆ। ਜਿਹੜਾ ਕੋਈ ਪੱਖਪਾਤ ਕਰ ਰਿਹਾ ਮੌਜੂਦਾ ਸਰਕਾਰ 'ਚ, ਕਿਉਂਕਿ ਹਾਊਸ ਉਹਨਾਂ ਕੋਲ ਆ ਅਤੇ ਗਲਤ ਫਹਿਮੀ 'ਚ ਨਾ ਰਹਿ, ਉਹ ਇਹ ਪੱਖਪਾਤ ਛੱਡ ਦੇਣ। ਉਹਨਾਂ ਨੂੰ ਮੇਰਾ ਇਹ ਬ੍ਰਦਰਲੀ ਸੁਝਾਅ ਆ। ਬਾਕੀ ਜੇ ਵਾਰਨਿੰਗ ਕਪੂਰ ਸਾਹਿਬ, ਇਹ ਤੁਹਾਡੇ ਤੁਸੀਂ ਹਲਕਾ ਇੰਚਾਰਜ ਲੱਗੇ ਹੋ, ਤੁਹਾਡਾ ਮੁਕਾਬਲਾ ਇੱਕ ਇਹੋ ਜਿਹੀ ਪਾਰਟੀ ਜਾਂ ਇਹੋ ਜਿਹੇ ਪਰਿਵਾਰ ਨਾਲ, ਖਾਸ ਕਰਕੇ ਕਪੂਰਥਲਾ ਜਿਹੜਾ ਪਿਛਲੇ 4 ਦਹਾਕਿਆਂ ਤੋਂ ਇੱਥੇ ਰਾਜ ਕਰ ਰਿਹਾ, ਕੀ ਰਣਨੀਤੀ ਹੋਊਗੀ? ਕਿਹਦੀ ਗੱਲ ਕਰਦੇ ਜਾਂ ਕੀ ਹੋਰ ਗੱਲ ਕਰੋ, ਡਿਵੈਲਪਮੈਂਟ ਦੀ ਗੱਲ ਕਰੋ। ਕਪੂਰ ਸਾਹਿਬ ਜਿੱਦਾਂ ਕਿ ਜਨਰਲ ਗੁਰਜੀਤ ਸਿੰਘ ਜੀ ਦਾ ਕਿਹਾ ਯਾਰ, ਕਿਹਦਾ ਨਾਂ ਲੈ ਰਹੇ ਆ ਕਿ ਡਿਵੈਲਪਮੈਂਟ ਦੀ ਗੱਲ ਕਰ ਰਹੇ ਆ? ਕਪੂਰ ਸਾਹਿਬ ਨੇ ਪੰਜਾਬ ਯਾਰ ਕਿਹਦਾ ਨਾਂ ਲੈ ਰਹੇ ਆ? ਕੋਈ ਕੋਈ ਤੇ ਪੈਸੇ ਦਿਓ ਤੁਸੀਂ। 9 ਲੱਖ ਰੁਪਏ ਮਹੀਨੇ ਲੱਗਣਾ ਮੇਰੇ ਮੋਹਾਲੀ ਉਹ ਬੰਦੇ ਬੁਲਾਏ ਨੇ ਸੀਵਰੇਜ ਦੀ ਮਸ਼ੀਨ ਮੂਰੇ ਦੀ ਸਫਾਈ ਹੁੰਦੀ ਆ, ਡਰਾਈਵ ਚਲਾ ਰਹੇ ਆ ਤੁਸੀਂ ਤੇ ਕਰ ਰਿਹਾ ਕੀ ਸਹੀ? ਉਹ ਤਾਂ ਉਹ ਉਹਦੀ ਜੇਬ ਚੋਂ ਲੱਗ ਰਿਹਾ, ਇਹ ਉਹ ਕਹਿੰਦੇ ਸੀ ਪਰਸਨਲ ਲਾਏ ਬੰਦੇ, ਉਹਨੇ ਪਰਸਨਲ ਲਾਏ ਨੇ। ਹਾਂ ਉਹਨਾਂ ਨੇ ਮੀਡੀਆ ਦੀ ਜੇਬ ਚੋਂ ਲੱਗ ਰਿਹਾ, ਦਾਅਵੇ ਕਰਦੇ ਪਏ ਝੂਠ ਵਾ। ਜਵਾਬ ਦਿਓ ਵੀ ਉਹ ਡਰਾਈਵ ਚਲਾ ਰਹੇ ਆ ਐਮਐਲਏ ਰਾਣਾ ਗੁਰਜੀਤ, ਫੇਲੀਅਰ ਸਾਬਤ ਕੀਤਾ ਕਾਰਪੋਰੇਸ਼ਨ ਨੂੰ ਕਿ ਫੇਲੀਅਰ ਆ ਇੱਥੇ ਦੀ ਜਿਹੜੀ ਮਸ਼ੀਨਰੀ ਹੈ। ਮੈਂ ਜੇਬ ਚੋਂ 9 ਲੱਖ ਰੁਪਏ ਪਰ ਮੰਥ ਜਿਹੜੀ ਕਾਰਪੋਰੇਸ਼ਨ ਤਾਂ ਸਾਰੀ ਉਹਨਾਂ ਦੇ ਕੋਲ ਹੀ ਹੈ। ਤੁਸੀਂ ਕਹਿ ਰਹੇ ਨਾ 15 ਦਿਨ ਹੋ ਗਏ, ਮੈਂ ਤੁਹਾਡੀ ਗੱਲ ਤੇ ਯਕੀਨ ਕਰਦਾ। 25 ਸਾਲ ਸੁੱਤੇ ਪਏ, 25 ਸਾਲ ਤੋਂ ਕਪੂਰਥਲਾ ਉਹਨਾਂ ਦਾ ਆਪਣਾ ਨਹੀਂ ਕਿ 25 ਸਾਲ ਤੋਂ ਕਪੂਰਥਲਾ ਦਾ ਧੱਕਾ ਕਰਨ ਦਾ ਉਹਨਾਂ ਨੂੰ ਅਧਿਕਾਰ ਮਿਲ ਗਿਆ ਹੈ। ਤੁਹਾਡੇ ਕਹਿਣ ਦਾ ਮਤਲਬ ਕਿ ਜਨਤਾ ਨੂੰ ਬੇਵਕੂਫ ਬਣਾਉਂਦੇ ਪਏ ਆ? ਯਾਰ ਤੁਸੀਂ ਮੇਰੇ ਤੋਂ ਜ਼ਿਆਦਾ ਸਿਆਣੇ ਹੋ, ਜਵਾਬ ਦਿਓ ਨਾ ਤੁਸੀਂ। ਮੇਰੇ ਤੋਂ ਜ਼ਿਆਦਾ ਸਿਆਣੇ ਹੋ, ਅੱਜ ਉਹਨਾਂ ਨੂੰ ਕਪੂਰਥਲੇ ਦੀ ਯਾਦ ਆ ਗਈ ਚਲਾਣੀ ਸਹੀ ਆ ਜਾਂ ਗਲਤ ਆ? ਨਹੀਂ, ਉਹਨਾਂ ਦਾ ਜੇ ਕਪੂਰਥਲੇ ਦੇ ਵਸਨੀਕ ਆ, ਉਹ ਕਪੂਰਥਲੇ 'ਚ ਉਹਨਾਂ ਦਾ ਅਧਿਕਾਰ ਬਣਦਾ, ਉਹ ਕਰਨ। ਪਰ ਇਸ ਕੰਮ ਨੂੰ ਕਰਕੇ ਐਵੇਂ ਆਪਣਾ ਸ਼ਰੇ ਜਿਤਨਾ ਮੈਂ ਪਰਸਨਲੀ ਜੇਬ 'ਚੋਂ ਕਰਦਾ ਪਿਆ, ਮੈਂ ਹਲਕਾ ਇੰਚਾਰਜ ਹਾਂ, ਉਹ ਤਾਂ ਫਿਰ MLA ਨੇ ਸੈਲਰੀ ਲੈਂਦੇ ਆ, ਪਿਛਲੇ 25 ਸਾਲਾਂ ਤੋਂ MLA ਨੇ, ਮੈਂ ਤਾਂ ਕੋਈ ਸੈਲਰੀ ਵੀ ਨਹੀਂ ਲੈ ਰਿਹਾ, ਨਾ ਕੋਈ ਸਰਕਾਰੀ ਗੱਡੀ ਹੈ। ਹੁਣ ਮੈਂ ਢੰਡੋਰਾ ਥੋੜ੍ਹੀ ਪਿੱਟਾਂਗਾ, ਮੈਂ ਇੱਥੇ ਕਰ ਰਿਹਾ, ਉਹ ਤਾਂ ਤੁਹਾਨੂੰ ਵੀ ਪਤਾ ਵਾ 25 ਸਾਲਾਂ ਤੋਂ ਕੀ ਕਰਦੇ ਆ, ਅਤੇ ਉਹਦੀ ਗੱਲ ਨਾ ਕਰੂੰਗਾ। ਕਪੂਰ ਸਾਹਿਬ ਜਿਸ ਤਰ੍ਹਾਂ ਪਹਿਲਾਂ ਤੁਹਾਡੇ ਇੱਧਰ ਸੁਣੋ, ਐਵੇਂ ਉਹਦੇ ਬਾਰੇ ਗੱਲ ਕਰਕੇ ਟਾਈਮ ਵੇਸਟ ਆ ਤੁਹਾਡੇ ਤੋਂ ਪਹਿਲਾਂ ਕਿਹਦੀ ਗੱਲ।